ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਕੁਨਾਲ ਤੇ ਵੈਲਕਮ ਟੂ ਮਾਈ ਚੈਨਲ ਦੇ ਕਾਲ ਮੀ ਪੁੰਜ। ਤੇ ਅੱਜ ਮੈਂ ਤੁਹਾਨੂੰ ਵਿਖਾਵਾਂਗਾ ਵਿਨੀਪੈਗ ਦੇ ਵਿੱਚ ਸਭ ਤੋਂ ਸਸਤੀ ਗੱਡੀ ਧੋਣ ਦੀ ਜਗ੍ਹਾ ਜਿੱਥੇ ਸਿਰਫ $1 ਲੱਗਦਾ ਤੇ ਤੁਹਾਡੀ ਗੱਡੀ ਸਾਫ਼ ਹੋ ਜਾਂਦੀ ਹੈ। ਹੁਣ ਆਪਾਂ ਹੱਲੇ ਉੱਥੇ ਹੀ ਹੈਗੇ ਹਾਂ ਤੇ ਮੈਂ ਜਿਹੜਾ ਇਸ ਜਗ੍ਹਾ ਦਾ ਐਡਰੈਸ ਹੈਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਊਗਾ, ਉੱਥੋਂ ਤੁਸੀਂ ਵੇਖ ਲਿਓ। ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਕੀ ਫੀਚਰਸ ਹੈਗੇ ਨੇ, ਤੁਸੀਂ ਕਿੱਦਾਂ ਕਿੱਦਾਂ ਆਪਣੀ ਗੱਡੀ ਧੋ ਸਕਦੇ ਹੋ। ਤੇ ਮੈਂ ਅੱਜ ਆਪਣੀ ਵੀ ਗੱਡੀ ਇੱਥੇ ਧੋਣ ਆਇਆ ਵਾਂ, ਸੋ ਮੈਂ ਤੁਹਾਨੂੰ ਹੁਣ ਖਾਣਾ ਵਾਂ। ਸਭ ਤੋਂ ਪਹਿਲਾਂ ਤਾਂ ਇੱਥੇ ਬਾਹਰ ਆ ਕੇ ਤੇ ਆ ਇੱਥੇ ਸਵਿਚਸ ਲੱਗੇ ਹੋਏ ਨੇ ਜਿੱਦਾਂ ਕਿ ਆ ਵੇਖ ਰਹੇ ਹੋ ਤੁਸੀਂ ਇਸ ਪਾਸੇ। ਤੇ ਆਪਾਂ ਹੁਣ ਇੱਥੋਂ ਫਿਲਹਾਲ ਵੈਸੇ ਮੇਰੇ ਪੈਕ 'ਚ ਸਨੋ ਸਟੋਰਮ ਆਉਂਦਿਆ ਜਿੱਦਾਂ ਤੁਸੀਂ ਤੁਹਾਨੂੰ ਵਿਖਾਵਾਂ ਮੈਂ, ਆ ਵੇਖੋ ਬਰਫ਼ ਬਰਫ਼ ਪਈ, ਹਲੇ ਬਰਫ਼ ਨਹੀਂ ਕਹਿ ਸਕਦੇ ਆਪਾਂ ਇਹਨੂੰ। ਆਪਾਂ ਸਭ ਤੋਂ ਪਹਿਲਾਂ ਇਹਨੂੰ ਅਪ ਕਰਾਂਗੇ, ਧੱਕਾ ਦੇਈਏ ਥੋੜ੍ਹਾ ਜਿਹਾ, ਹੋ ਗਿਆ। ਸੋ ਉਹ ਸਾਹਮਣੇ ਸ਼ਟਰ ਜਿਹੜਾ ਉਹ ਹੁਣ ਚੁੱਕਿਆ ਜਾ ਰਿਹਾ ਐਂਡ ਹੁਣ ਆਪਾਂ ਆਪਣੀ ਗੱਡੀ ਜਿਹੜੀ ਅੰਦਰ ਲੈ ਕੇ ਜਾਵਾਂਗੇ ਅਤੇ ਫਿਰ ਮੈਂ ਤੁਹਾਨੂੰ ਅੱਗੇ ਵਿਖਾਉਂਦਾ ਕੀ ਕੀ ਚੀਜ਼ਾਂ ਹੁੰਦੀਆਂ ਨੇ ਬਰਫ਼ਾਂ ਦੀ। ਕਾਫੀ ਦਿਨਾਂ ਤੋਂ ਨਹੀਂ ਧੋਤੀ ਗੱਡੀ, ਬਿਕੋਜ਼ ਮੈਨੂੰ ਹੈਗਾ ਸੀ ਕਿ ਮਤਲਬ ਸਾਰਾ ਬਰਫ਼ ਬਰਫ਼ ਪੈਣੀ ਸੀ, ਸੋ ਉਹ ਤੋਂ ਵਧੀਆ ਹੀ ਕਿ ਮੈਂ ਨਾ ਧੋਂਦਾ, ਇੱਕੋ ਵਾਰੀ ਧੋਂਦਾ, ਦੈਟ ਵੁੱਡ ਬਿਨ ਬੈਟਰ। ਸੋ ਆਹ ਤੁਸੀਂ ਕਾਰ ਵੇਖ ਲਈ ਆ। ਹੁਣ ਇੱਥੇ ਜਿਹੜਾ ਸਿਸਟਮ ਹੈਗਾ ਇਹਨਾਂ ਕੋਲ, ਆਪਣੇ ਕੋਲ ਇੱਥੇ ਸਿੱਕੇ ਪੈਂਦੇ ਨੇ, ਜਾਂ ਤੁਸੀਂ ਲੂਨੀਸ, ਲੂਨੀਸ ਮਤਲਬ $1, ਟੂਨੀਸ ਮਤਲਬ $2, ਅਤੇ ਇਹਨਾਂ 'ਚੋਂ ਤੁਸੀਂ ਤੇ ਇਹਨਾਂ 'ਚੋਂ ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਸੀਂ ਡਰਾਇਰ ਯੂਜ਼ ਕਰਨਾ, ਵੈਕਿਊਮ ਯੂਜ਼ ਕਰਨਾ, ਵੈਕਿਊਮ ਜਿਹੜਾ ਉਸ ਪਾਸੇ ਉੱਥੇ ਲੱਗਾ ਹੋਇਆ, ਮੋਟਰ ਕਲੀਨ ਜੇਕਰ ਤੁਸੀਂ ਗੱਡੀ ਦਾ ਇੰਜਨ ਸਾਫ਼ ਕਰਨਾ, ਆਪਣੇ ਟਾਇਰ ਸਾਫ਼ ਕਰਨੇ ਗੱਡੀ, ਤਾਂ ਇੱਥੇ ਪ੍ਰੀ ਸੋਕ ਕਾਫੀ ਤੇਜ਼ ਪ੍ਰੈਸ਼ਰ ਹੁੰਦਾ ਉੱਥੇ, ਹੋਰ ਫੋਮ ਬ੍ਰਸ਼ ਹੁੰਦਾ, ਫੋਮ ਬ੍ਰਸ਼ ਤੁਹਾਡਾ ਉਹ ਲੱਗਾ ਜੀ ਉੱਥੇ ਸਾਹਮਣੇ ਦੈਟ ਥਿੰਗ, ਉੱਥੋਂ ਨਿਕਲਦਾ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ, ਜਾਂ ਤਾਂ ਫਿਰ ਔਫ, ਜਾਂ ਤਾਂ ਫਿਰ ਸੋਪ, ਜਾਂ ਤਾਂ ਫਿਰ ਸਾਬਣ ਤੁਹਾਡਾ ਨਿਕਲਦਾ ਉਹਦੇ ਵਿੱਚੋਂ। ਰਿੰਸ ਜਿਹੜਾ ਹੈਗਾ ਨੋਰਮਲ ਪਾਣੀ ਹੈ, ਤੁਸੀਂ ਆਪਣਾ ਕਾਰਡ ਵੀ ਯੂਜ਼ ਕਰ ਸਕਦੇ ਜਿੱਥੇ। ਅਤੇ ਹੁਣ ਆਪਾਂ ਆਪਣੀ ਗੱਡੀ ਸਾਫ਼ ਕਰਦੇ ਦੀ ਤੁਹਾਨੂੰ ਵਿਖਾਉਂਦੇ ਹਾਂ ਥੋੜ੍ਹੀ ਜਿਹੀ ਝਲਕਾਂ। ਸੋ ਆਪਣਾ ਬੰਦਾ ਤਿਆਰ ਹੈ ਆਪਣੀ ਹੋਸ ਦੇ ਨਾਲ, ਇੱਧਰੋਂ ਆਪਾਂ ਲਿਆ ਇਹਨੂੰ, ਆਪਾਂ ਕਰ ਦਿੰਦੇ ਹਾਂ ਰਿੰਸ 'ਤੇ, ਅਤੇ ਆਪਾਂ ਇਹਦੇ 'ਚ ਪਾਇਆ $1। ਦੱਬ ਕੇ ਮਾਰ, ਦੱਬ ਕੇ ਹੁਣ ਆਪਾਂ ਗੱਡੀ ਤੇ ਧੋਲੀ ਹੈ। ਬਸ ਆਪਣੇ ਕੋਲ ਇਹੋ ਜਿਹਾ ਸਕੂਜੀ ਰੱਖ ਲਓ, ਵਾਈਪਰ ਜਾ, ਇਹਨੂੰ ਡਾਲਰਾਂ ਦਾ ਮਿਲ ਜਾਂਦਾ $1-2 ਦਾ, ਇਹਦੇ ਨਾਲ ਗੱਡੀ ਨੂੰ ਵਾਈਪ ਕਰਤਾ ਅਤੇ ਜਿੰਨਾ ਵੀ ਪਾਣੀ ਤੁਹਾਡਾ ਨਿਕਲ ਗਿਆ, ਬਿਕੋਜ਼ ਬਾਹਰ -10-20 ਡਿਗਰੀ ਸੈਲਸੀਅਸ ਹੈਗਾ, ਜਿੱਦਾਂ ਹੀ ਬਾਹਰ ਕੱਢਣੀ ਜਿੰਨਾ ਪਾਣੀ ਗੱਡੀ 'ਤੇ ਹੋਇਆ ਸਾਰਾ ਜੰਮ ਜਾਣਾ, ਸੋ ਬਾਅਦ 'ਚੋਂ ਜਿਹੜੀ ਵਿੰਡੋਜ਼ ਵਗੈਰਾ ਹੈਗੀਆਂ ਨੇ ਤੁਹਾਡੀਆਂ, ਮੇ ਬੀ ਹੋ ਸਕਦਾ ਕਿ ਉਹ ਨਾ ਖੁੱਲਣ, ਸੋ ਬੈਟਰ ਇਹੀ ਹੈ ਕਿ ਜਿੰਨਾ ਵੀ ਤੁਹਾਡਾ ਹੈਗਾ ਸ਼ਿਟ, ਸੋ ਬੈਟਰ ਇਹੀ ਹੈ ਕਿ ਤੁਸੀਂ ਗੱਡੀ ਨੂੰ ਸੁਕਾ ਲਓ। ਅਤੇ ਗੱਡੀ ਆਪਣੀ ਟੋਟਲ ਵਾਸ਼ ਹੋ ਚੁੱਕੀ ਆ, ਸੋ ਐਸੀ ਮੇਰੀ ਗੱਡੀ ਧੋਂਦੇ ਦੀ ਵੀਡੀਓ। ਤੁਹਾਨੂੰ ਕਿੱਥੇ ਵਿਨੀਪੈਗ ਸਭ ਸਸਤੀ ਗੱਡੀ ਧੁੱਪ ਦੀ ਮਿਲ ਸਕਦੀ ਹੈ, ਅਤੇ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦਾਂਗਾ ਇਹਦੇ ਐਡਰੈਸ ਦਾ। ਅਤੇ ਹੋਰ ਇਹੋ ਜਿਹੀ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਸਾਡਾ ਦਾਲ ਫੁਲਕਾ ਚੱਲਦਾ ਰਹੇ ਅਤੇ ਆਪਾਂ ਘਰ ਜਾ ਕੇ ਰੋਟੀ ਖਾ ਸਕੀਏ। ਬਹੁਤ ਟਾਈਮ ਹੋ ਗਿਆ, ਸਹੀ ਗੱਲ ਹੈ, ਬਾਹਰੋਂ ਹੀ ਖਾਂਦੇ ਹਾਂ ਬਾਈ, ਖਿਲਾ ਦਿਓ ਅੱਜ ਤੋਂ ਰੋਟੀ ਖਾਂਦੇ, ਸਾਡਾ ਜੂਨੀਅਰ ਚਿਕਨ ਚੱਲਦਾ ਰਹੇ, ਸਾਡਾ ਜੂਨੀਅਰ ਚਿਕਨ ਚੱਲਦਾ ਰਹੇ। ਅਤੇ ਬਸ ਤੁਹਾਨੂੰ ਅਗਲੀ ਵੀਡੀਓ 'ਚ ਮਿਲਾਂਗੇ, ਜ਼ਰੂਰ ਮਿਲਾਂਗੇ। ਤੁਹਾਨੂੰ ਹੋਰ ਕਿਸੇ ਚੀਜ਼ ਦਾ ਡਾਊਟ ਹੈਗਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਥੱਲੇ ਲਿਖੋ, ਜਾਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ, ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਤੁਸੀਂ ਇੰਸਟਾਗ੍ਰਾਮ 'ਤੇ, ਮੈਂ ਤੁਹਾਡਾ ਕੁਐਰੀ ਦਾ ਜ਼ਰੂਰ ਆਨਸਰ ਦੇਵਾਂਗਾ। ਅਤੇ ਥੈਂਕ ਯੂ, ਰੱਬ ਰੱਖਾ, ਜ਼ਰੂਰ ਮਿਲਾਂਗੇ, ਪੂਰੇ ਮਿਲੀਅਨ ਫੋਲੋਅਰ ਹੈ ਮੁੰਡੇ ਦੇ। ਓਕੇ।